ਦੇਖ ਸਕਦੇ ਹੋ ਕਿ ਪੰਜਾਬ ਭਰ ਦੇ ਵਿੱਚ ਜਿੰਨੇ ਟੂਲ ਹੈਗੇ ਨੇ ਉਹ ਕਿਸਾਨਾਂ ਦੇ ਵੱਲੋਂ ਫ੍ਰੀ ਕਰ ਦਿੱਤੇ ਗਏ ਨੇ ਅਤੇ ਪੱਕੇ ਮੋਰਚੇ ਦੀ ਤਿਆਰੀ ਕੀਤੀ ਜਾ ਰਹੀ ਨੇ। ਇਹ ਅੰਮ੍ਰਿਤਸਰ ਦਾ ਰਾਜਾ ਮਾਨਾ ਵਾਲਾ ਵਾਲਾ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਤਿਆਰੀ ਖਿੱਚ ਦਿੱਤੀ ਗਈ ਆ ਕਿ ਇਹ ਮੋਰਚੇ ਨੂੰ ਫ੍ਰੀ ਜੀ ਸਰਦਾਰ ਜੀ ਆਪਣਾ ਨਾਮ ਤੇ ਜੂਨੀਅਰ ਦਾ ਨਾਮ ਦੱਸ ਦਿਓ। ਮੈਂ ਸਰਦਾਰ ਦਿਲਬਾਗ ਸਿੰਘ ਪਿੰਡ ਰਾਜੇਵਾਲ। ਕੀ ਕਹਿਣਾ ਚਾਹੋਗੇ ਜਿਹੜਾ ਕਿ ਟੂਲ ਤੁਹਾਡੇ ਵੱਲੋਂ ਫ੍ਰੀ ਕੀਤੇ ਗਏ ਕਿੰਨੇ ਦਿਨਾਂ ਵਾਸਤੇ ਜਾਂ ਪੱਕੇ ਮੋਰਚੇ ਆ? ਇਹ ਜੀ ਸਾਨੂੰ ਤਾਂ ਜ਼ਿਆਦਾ ਪੱਕੇ ਲੱਗਣਗੇ ਕਿਉਂਕਿ ਮੋਦੀ ਨੇ ਬਾਜ ਆਉਣਾ ਨਹੀਂ, ਸਾਨੂੰ ਪੱਕੇ ਲਾਉਣੇ ਪੈਣੇ ਆ। ਉੱਥੇ ਥਰੂ ਗੈਸ ਮਾਰੇ ਜਾ ਰਹੇ ਆ, ਰਬੜ ਦੀਆਂ ਗੋਲੀਆਂ, LSR ਦੇ ਫਾਇਰ ਮਾਰੇ ਜਾ ਰਹੇ ਆ, ਕਈਆਂ ਬੰਦਿਆਂ ਦੇ ਸਰੇ ਨਿਕਲੇ ਆ, ਅੱਖ ਵੀ ਇੱਕ ਬੰਦੇ ਦੀ ਨਿਕਲ ਗਈ ਆ। ਜਿੰਨਾ ਚਿਰ ਸਾਡਾ ਦਿੱਲੀ ਦਾ ਮੋਰਚਾ ਜਾਰੀ ਆ ਉਨਾ ਚਿਰ ਇਹ ਜਾਰੀ ਆ। ਮਨਸ਼ਾ ਕੀ ਲੱਗਦੀ ਕੇਂਦਰ ਸਰਕਾਰ ਦੀ ਕਿਸਾਨਾਂ? ਕੇਂਦਰ ਸਰਕਾਰ ਦੀ ਮਨਸ਼ਾ ਤੇ ਕੇਂਦਰ ਸਰਕਾਰ ਦੀ ਖੂਜ ਬੈ ਗਈ ਝੂਠੀ ਆ, ਲਾਰਾ ਲਾ ਕੇ ਸਾਡਨਾ ਤੇ ਉਹ ਹੁਣ ਵਾਅਦੇ ਤੇ ਪੂਰੀ ਨਹੀਂ ਆ ਰਹੀ। ਲੋਕਾਂ ਦਾ ਕਹਿੰਦਾ ਸਮਰਥਨ ਮੇਰੇ ਝੂਠ ਲੱਜਿਆ ਦੇ ਬਹੁਤ ਜ਼ਿਆਦਾ ਜੀ, ਬੜੇ ਲੋਕ ਸਮਰਥਨ ਪੂਰਾ ਸਾਨੂੰ। ਪੱਕੇ ਮੋਰਚੇ ਲੱਗ ਸਕਦੇ ਝੂਠ ਲੱਜਿਆ ਦੇ? ਪੱਕੇ ਮੋਰਚੇ ਲੱਗ ਸਕਦੇ? ਪੱਕੇ ਪੱਕੇ ਪੱਕੇ। ਬਿਲਕੁਲ ਦਿੱਲੀ ਜਾਣ ਦੀ ਤਿਆਰੀ ਆ ਜੀ, ਅਸੀਂ ਤਿਆਰ ਬੈਠੇ ਆ, ਅਸੀਂ ਤਾਂ ਦਿੱਲੀ ਜਾਣ ਨੂੰ ਤਿਆਰ ਬੈਠੇ ਆ। ਉੱਥੇ ਵੇਖੋ ਕੀ ਇਹਨਾਂ ਕੀਤਾ, ਇਹਨਾਂ ਦੇ ਵਿਰੋਧੀ ਦੁਸ਼ਮਣ ਵੀ ਨਹੀਂ ਕਰਦਾ ਜੋ ਇਹਨਾਂ ਨੇ ਕੀਤਾ। ਪਾਕਿਸਤਾਨ ਵੱਲ ਜਾਂਦੇ ਆਪਾਂ, ਕਹਿੰਦੇ ਪਾਕਿਸਤਾਨ ਨੇ ਕਿੱਲ ਕੰਡੇ ਲਾਏ ਗਾੜੀ ਗਾੜੀ ਕਿਹੜੇ ਕਿਹੜੇ ਸਰੀਏ ਗੜ ਦਿੱਤੇ ਸੜਕਾਂ 'ਚ, ਬੈਲੀਅਰ ਲਾ ਕੇ ਵਿੱਚ ਸੀਮੈਂਟ ਭਰਤੇ ਆ, ਗਾੜੀ ਕੰਧਾਂ ਕਰ ਦਿੱਤੀਆਂ। ਅੱਜ ਪਾਕਿਸਤਾਨ ਵਾਲਿਆਂ ਨੇ ਕੰਧ ਕੀਤੀ ਗਾੜੀ, ਟਾਰੀ ਬਾਰਡਰ 'ਤੇ ਚਲੋ ਦਿਖਾਓ ਕੋਈ ਕੰਧ ਹੈਗੀ ਆ, ਕੋਈ ਕੰਧ ਨਹੀਂ, ਜਿਵੇਂ ਜਾਓ ਉਵੇਂ ਆਓ। ਸਾਡੇ ਨਾਂ ਦੇ ਅਸੀਂ ਇੱਥੋਂ ਤੇ ਵਸਨੀਕ ਨਹੀਂ ਗਏ, ਇਹ ਵੋਟਾਂ ਨਾਲ ਸਾਡੇ ਕੋਲ ਕਿੱਦਾਂ ਆਉਂਦੇ ਆ? ਭਾਜਪਾ ਸਾਡੀ ਵੋਟਾਂ ਨਾਲ ਬਣੀ ਆ। ਬਾਈਕਾਟ ਅਸੀਂ ਵੋਟਾਂ 'ਚ ਨਹੀਂ, ਵੇਖਿਓ ਵੋਟਾਂ 'ਚ ਕੀ ਬਣਦਾ। ਇਹ ਸਾਡੇ ਨਾਲ ਨਿਜਰਪੁਰਾ ਟੂਲ ਪਲਾਜ਼ਾ ਜਨਿਆਲੇ ਲੱਗੇ ਜੀ, ਇਹ ਫ੍ਰੀ ਕੀਤਾ ਗਿਆ, ਫ੍ਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਨਾਮ ਦੱਸ ਕੇ ਆਪਣਾ ਜੀ? ਪਰਮਜੀਤ ਸਿੰਘ ਵੀਰ ਜੀ, ਨਿਜਰ ਟਰਾਂਸਪੋਰਟ ਦਾ ਵੀ ਕੰਮ ਕਰਦਾ ਮੈਂ, ਜ਼ਿੰਮੇਦਾਰ ਆ। ਕਹਿਣਾ ਚਾਹੁੰਦੇ ਆ ਵੀਰ ਜੀ, ਆ ਜਿਹੜੀ ਮੋਦੀ ਸਰਕਾਰ ਵੇਖੋ ਉੱਥੇ ਕਿਸਾਨਾਂ ਨਾਲ ਕਰ ਰਹੀ ਸ਼ੰਭੂ ਬੈਰੀਅਰ 'ਤੇ, ਕੋਈ ਵੈਸੇ ਕੋਈ ਵੀ ਉਹਦੇ ਵਿੱਚ ਕੋਈ ਕਾਨੂੰਨ ਹੈਗਾ ਵਾ
ਲੋਕ ਜਿਹੜੇ ਵੀਡੀਓ ਪਾਉਣ ਡੇ ਉਹ ਸਾਨੂੰ ਕਹਿੰਦੇ ਵੀ ਕਿਸਾਨਾਂ ਨੇ ਰੋਡ ਬੰਦ ਕੀਤਾ। ਤੁਸੀਂ ਇੱਕ ਵਾਰ ਦੱਸ ਦਿਓ ਵੀ ਕਿਸਾਨ ਕਿਤੇ ਰੋਡ ਬੰਦ ਕੀਤਾ ਕਿਸੇ ਨੇ? ਇਹਨਾਂ ਤਾਂ 9 ਤਰੀਕ ਦੇ ਬੈਰੀਅਰ ਲਾ ਕੇ ਤਾਂ ਰੋਡ ਬੰਦ ਕਰਦਾ, ਐਡੇ ਐਡੇ ਥੰਮ ਲਾ ਦਿੱਤੇ, ਐਡੇ ਐਡੇ ਕਿੱਲ ਕਰ ਦਿੱਤੇ ਆ, ਅਤੇ ਹੁਣ ਵੇਖੋ ਕਿਸਾਨਾਂ 'ਤੇ ਕਿੰਨਾ ਹੋਇਆ। 2 ਕਿਸਾਨ ਸ਼ਹੀਦ ਹੋ ਗਏ ਸਾਡੇ, ਇੱਕ ਪਹਿਲਾਂ ਇੱਥੇ ਹੋਇਆ, ਇੱਕ ਕੱਲ ਡਾਬਵਾਲੀ ਪਾ ਕੇ ਟਿੱਕਰੀ ਬਾਰਡਰ 'ਤੇ ਹੋਇਆ ਕੱਲ, 2 ਕਿਸਾਨ ਸ਼ਹੀਦ ਹੋ ਗਏ ਆ। ਇਹ ਦੋਵੇਂ ਅਥਰੂ ਜਿਹੜੇ ਗਲੇ 'ਤੇ ਗੋਲੇ ਛੱਡਦੇ ਉਹਦਾ ਕਰਕੇ ਉਹ ਬਿਮਾਰ ਹੋਇਆ ਪਹਿਲਾਂ, ਫਿਰ ਹੋਸਪਿਟਲ ਲੈ ਗਏ ਉਹਨੂੰ, ਹੋਸਪਿਟਲ 2 ਦਿਨ ਰਿਹਾ ਵਿਚਾਰਾ, ਤੀਜੇ ਚੌਥੇ ਦਿਨ ਉਹਦੀ ਮੌਤ ਹੋ ਗਈ। ਕਿੱਡੀ ਮਾੜੀ ਗੱਲ ਹੈ ਵੇਖੋ, ਜਦੋਂ ਸਾਡਾ ਕੋਈ ਬੰਦਾ ਨਹੀਂ ਹਮਲਾ ਕਰਦਾ ਇਹ ਕਿਉਂ ਹਮਲੇ ਕਰਨ ਦੇ ਬਗੈਰ ਬੈਠੇ ਸ਼ਾਂਤੀ ਮਾਈ ਬੈਠੇ ਆ? ਫਿਰ ਇਹਨਾਂ ਕਿਹਾ, ਇਹਨਾਂ ਨੇ, ਇਹਨਾਂ ਦੀ ਨਿਕਲੀ ਵੀ ਗੱਲ ਹੁੰਦੀ ਨਾ, ਉਹਨਾਂ ਦੇ ਰਾਤ ਮੁੰਡੇ ਫੜੇ ਗਏ ਰੋੜੇ ਮਾਰਦੇ, ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਸਾਨੂੰ ਉੱਧਰੋਂ ਭੇਜਿਆ ਗਿਆ, ਅਤੇ ਨਾ ਕਿਸਾਨਾਂ ਦਾ ਲੱਗਣ ਡਿਆ ਵੀ ਰੋੜੇ ਮਾਰਦੇ ਆ। ਜਦੋਂ ਅਸੀਂ ਰੋੜੇ ਕਿਹੜੀ ਗੱਲ ਮਾਰਨਾ, ਅਸੀਂ ਤਾਂ ਲੜਨ ਗਏ ਹੀ ਨਹੀਂ, ਅਸੀਂ ਤਾਂ ਸ਼ਾਂਤ ਮਾਈ ਗਏ ਆ। ਅਜੇ ਵੀ ਉਹ ਕਹਿੰਦੇ ਦਿੱਲੀ ਜਾਣਾ, ਸ਼ਾਂਤ ਮਾਈ ਨੇ ਜਾਣਾ, ਜਿੱਦਾਂ ਪਹਿਲਾਂ ਅਸੀਂ 13-14 ਮਹੀਨੇ ਰਹੇ ਉੱਥੇ ਸ਼ਾਂਤ ਮਾਈ, ਉਸੇ ਢੰਗ ਨਾਲ ਇਹ ਕੰਮ ਕਰਨਾ ਚਾਹੁੰਦੇ, ਅਸੀਂ ਕਿਸੇ ਦੇ ਵਿਰੋਧੀ ਨਹੀਂ ਗੇ। ਹੁਣ ਅਸੀਂ ਧਰਨੇ ਬੰਦ ਲਾਏ ਆ ਜੀ, ਟੂਲ 'ਤੇ ਟੂਲ ਬੰਦ ਕੀਤਾ ਸਾਨੂੰ 21 ਤੱਕ ਉਹਨਾਂ ਨੇ ਦਿੱਤਾ ਸੀ, ਸਾਨੂੰ ਫੋਨ ਆਏ ਸੀ ਸਾਨੂੰ ਪ੍ਰਧਾਨਾਂ ਦੇ ਵੀ ਟੂਲ ਬੰਦ ਕਰੋ, ਟੂਲ ਬੰਦ ਕੀਤਾ। ਅੱਗੇ ਜਿੱਦਾਂ ਦੀ ਉਹ ਗਾਂਹ ਰਣਨੀਤੀ ਕਰਨਗੇ, ਕਿਉਂਕਿ ਕੱਲ੍ਹ ਮੀਟਿੰਗ ਹੋਈ ਸੀ ਉਹਨਾਂ ਨੇ, ਫਿਰ 21 ਤਰੀਕ ਦਾ ਟਾਈਮ ਲੈ ਲਿਆ 11 ਵਜੇ ਦਾ, 21 ਤਰੀਕ ਨੂੰ ਤੁਹਾਨੂੰ ਅਸੀਂ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦੇਵਾਂਗੇ। ਲੱਗਦਾ ਕਿ ਪੱਕੇ ਮੋਰਚੇ ਲੱਗ ਸਕਦੇ ਜੋ ਲੱਗ ਸਕਦੇ ਆ ਜੀ, ਜੇ ਉਹਨਾਂ ਨਾਂ ਦਿੱਤਾ, ਕਿਉਂ ਟਾਲ ਮਟੋਲੀ ਕਰਨ ਡੇ ਆ ਸਾਰਾ ਕੁਛ ਉਹਨਾਂ ਦੇ ਹੱਥੀ, ਉਹਨੂੰ ਪਤਾ ਚੋਣ ਜਾਬਤਾ ਲੱਗਣ ਵਾਲਾ ਵਾ, ਜੇ ਕਰਨਾ ਹੋਵੇ ਤਾਂ 1 ਮਿੰਟ ਦਾ ਕੰਮ ਆ, ਸਾਰਾ ਕੁਛ ਉਹਦੇ ਵਿੱਚ, ਉਹ ਮਾਲਕ ਆ, ਉਹ ਪ੍ਰਧਾਨ ਮੰਤਰੀ ਆ, ਸਾਰਾ ਕੁਛ ਆ, ਸੰਸਦ ਉਹਨਾਂ ਦੇ ਕੋਲ ਆ, ਮੀਟਿੰਗ ਆਉਣਾ। ਜਦੋਂ ਅੱਗੇ 2 ਗੇੜੇ ਦਿੱਲੀ ਹੋ ਕੇ ਆਏ ਆ ਤਾਂ ਕੀ ਅਜੇ ਗੱਲ ਕਰਕੇ ਹੀ ਨਹੀਂ ਆਇਓ? ਜੇ ਗੱਲ ਕਰਕੇ ਨਹੀਂ ਉਹਦੇ ਨਾਲ ਪਾਵਰ ਕੋਈ ਨਹੀਂ ਤਾਂ ਆਉਂਦੇ ਕੀ ਲੈਣ? ਫਿਰ ਉਹ ਚੰਡੀਗੜ੍ਹ ਆਉਂਦੇ ਕੀ ਲੈਣੇ ਜਿਹਨਾਂ ਕੋਲ ਪਾਵਰ ਨਹੀਂ ਗੀ? ਇੱਥੇ ਜੋ ਕਿਸਾਨ ਦੱਸਦਾ ਮੁੜ ਕੇ ਜਾ ਕੇ ਫਿਰ ਕਹਿੰਦੇ ਆ ਅਸੀਂ ਜੀ ਗੱਲ ਕਰਕੇ ਆਵਾਂਗੇ ਜੀ, ਇਹ ਤਾਂ ਸੋਚ ਕੇ ਆਵਾਂਗੇ, ਪਹਿਲਾਂ ਕੀ ਲੈਣ ਆ ਜਾਂਦੇ ਫਿਰ? ਹਾਂ ਫ੍ਰੀ ਕੀਤੇ ਗਏ ਜੀ। ਲੋਕਾਂ ਦਾ ਬਹੁਤ ਸਮਰਥਨ, ਲੋਕ ਹਰ ਇੱਕ ਬੰਦਾ ਪੁੱਛ ਕੇ ਤੁਹਾਨੂੰ ਕਿਸ ਚੀਜ਼ ਦੀ ਲੋੜ ਆ, ਪੈਸੇ ਦੇ ਕੇ ਜਾਂਦੇ ਆ, ਕਹਿੰਦੇ ਦੱਸੋ ਪਰ ਅਸੀਂ ਨਹੀਂ ਲੈਂਦੇ, ਕਿਉਂ ਸਾਨੂੰ ਜ਼ਰੂਰਤ ਨਹੀਂ, ਕਹਿੰਦਾ ਘਰੋਂ ਸਾਡੀ ਚਾਹ ਪਾਣੀ ਆ ਜਾਂਦੀ ਆ, ਫੁਲਕੇ ਆ ਜਾਂਦੇ ਆ, ਬਾਕੀ ਬਹੁਤ ਸਹਿਯੋਗ ਬਹੁਤ ਜ਼ਿਆਦਾ ਮਿਲ ਰਿਹਾ। ਹਾਂਜੀ, ਹਰ ਇੱਕ ਬੰਦੇ ਦਾ ਸਹਿਯੋਗ ਹੈ ਸਾਨੂੰ ਪੂਰਾ ਜੀ।